ਇਹ ਲੁੱਡਨ ਮੰਡੀ ਅਤੇ ਜਿਹੜੇ ਦੋਸਤ ਫਾਰਮਿੰਗ ਸਟਾਰਟ ਕਰਨਾ ਚਾਹ ਰਹੇ ਆ, ਵੱਛੀਆਂ ਵਿਹੜਾਂ ਕਰਾਸ ਹੋਣ ਵਾਲੀਆਂ ਫਰੀਜ਼ਨ ਲੈਣੀਆਂ ਹੋਣ, ਅਤੇ ਆਹ ਪੱਗ ਵਾਲਾ ਭਾਈ ਆ, ਇਹਦਾ ਹੀ ਮਾਲ ਆ। ਕਿੰਨੀਆਂ ਵਹਿੜੀਆਂ ਨੇ? 20 ਵੱਛੀਆਂ। ਇਲਾਕਾ ਕਿਹੜਾ ਆਪਣਾ ਪਹਿਲੇ ਤੇ ਦੱਸ? ਡੇਰਾ ਹੈ ਉੱਥੇ? ਗੱਬੜਾਂ ਵੀ ਮਿਲ ਜਾਂਦੀਆਂ? ਗੁੱਡ ਹੋ ਗਿਆ। ਰੇਟ ਦੇ ਹੁਣ ਇਹਨਾਂ ਦੇ, ਕਿੰਨੀਆਂ ਲੈ ਕੇ ਆਇਆ ਇੱਥੇ? 18-19। ਇਹਨਾਂ ਦੇ ਰੇਟ ਦੱਸ ਮੇਰਾ ਭਰਾ, ਤੇਰਾ ਨੰਬਰ ਵੀ ਲੈਣਾ। ਫਰਕ ਫਰਕ ਕੀ ਇਹਦਾ? ਪਹਿਲੇ ਨੰਬਰ 'ਤੇ ਜਿਹੜੀ ਵਹਿੜ ਆ, 2,20,000 ਕਰਾਸ ਹੋਣ ਦੀ ਬੱਤਰ 'ਚ, ਫੁੱਲ ਹੀਟ ਦੇ ਵਿੱਚ ਸੋਹਣੀ ਵਹਿੜ ਆ ਮਾਸ਼ਾਅੱਲਾ, ਇਹਦੇ 'ਚ ਕੋਈ ਸ਼ੱਕ ਨਹੀਂ। ਅੱਛਾ, ਨਸਲਾਂ ਵੀ ਦੱਸੀ ਆ ਨਾਲ ਨਾਲ, ਕਿਉਂਕਿ ਇਹ ਜਿਹੜੀ ਆ ਫਰੀਜ਼ਨ ਜਰਸੀ ਕਰਾਸ। ਦੂਸਰੇ ਨੰਬਰ 'ਤੇ ਆ ਗਈ ਆਸਟ੍ਰੇਲੀਆ ਕਰਾਸ ਆ, ਅਤੇ ਇਹਦਾ ਮੁੱਲ ਕੀ ਆ? 1,55,000 ਮੁੱਲ ਹੈ। 1,55,000 ਰੁਪਇਆ ਜੀ, ਠੀਕ ਹੋ ਗਿਆ। ਅੱਗੇ ਜਿਹੜੀ ਅੱਗੇ ਆ ਗਈ ਰੈੱਡ ਫਰੀਜ਼ਨ, ਤਸਵੀਰ ਬਣਾਓ ਵਿੱਚ ਪੂਰੀ, ਫਿਰ ਕਾਲੀ ਨੂੰ ਮਾੜੀ ਜੀ ਸਾਈਡ 'ਤੇ ਕਰੀ। ਰੈੱਡ ਫਰੀਜ਼ਨ ਸੋਹਣੀ ਵਹਿੜ ਆ, ਬਲਕਿ ਨਵਾਬ ਵਹਿੜ ਆ। ਲੇਵਾ ਛੱਡਿਆ ਇਹਨੇ ਹੋਣੀ, ਝੋਲੀ ਬਣੀ ਹੋਈ। ਸਹੀ ਹੈ, ਇਸ ਗੱਲ ਦਾ ਜ਼ਿੰਮੇਦਾਰ ਹੋਵੇ। ਸਹੀ ਹੋ ਗਿਆ। ਤੇ ਕੀ ਮੁੱਲ ਹੈ ਇਹਦਾ? 2,55,000 ਰੈੱਡ ਫਰੀਜ਼ਨ ਹੈ। ਨਹੀਂ ਵਹਿੜੀ ਉਹਦੀ ਸੋਹਣੀ, ਦੱਸਣ ਡਈ ਵਹਿੜੀ ਬੜੀ ਪਿਆਰੀ ਹੈ। ਹੱਥ ਸਾਈਡ ਤੇ ਕਰੀ ਯਾਰ, ਇਹਨੂੰ ਕੁਛ ਨਹੀਂ ਕਹਿੰਦਾ। ਰੈੱਡ ਫਰੀਜ਼ਨ ਗੁਲਾਬੀ, ਗੁਲਾਬੀ ਨੋਜ਼, ਪਿੰਕ ਨੋਜ਼, ਮਾਸ਼ਾਅੱਲਾ ਬੜੀ ਸੋਹਣੀ। 2,55,000 ਆਖਿਆ, ਇਹ ਫਾਈਨਲ ਆ ਜਾਂ ਡਿਸਕਾਊਂਟ ਵੀ ਕਰੇਗਾ? ਨੰਬਰ ਬੋਲਦਾ ਆਪਦਾ, 0307-4552-555। ਚੰਗੇ ਰੇਟ ਤੇ, ਹੋਲਸੇਲ ਰੇਟ ਤੇ? ਹੋਲਸੇਲ ਤੇ ਭਾਜੀ, ਪਿਆਰ ਮੁਹੱਬਤ ਕਰਕੇ ਲੋਕਾਂ ਨੂੰ ਤੁਹਾਨੂੰ 10,000 ਬੱਚੀ ਸਸਤੀ ਦੇਵਾਂਗੇ, ਬੱਚੀ ਤੁਹਾਨੂੰ ਚੰਗੀ ਦੇਵਾਂਗੇ। ਉਧਰ ਵੀ ਚੱਲਦੇ ਆ ਯਾਰ, ਬਰੀਡਰ ਸਾਈਡ ਤੇ ਕਰੀ। ਇਹਦਾ ਕੀ ਮੁੱਲ ਕਰ ਰਿਹਾ ਇਸ ਵੈੜ ਦਾ? 1,43,000। ਅੱਗੇ ਆ ਜਾ, ਇਹ ਨਸਲ ਕਿਹੜੀ? ਨਾਲੇ ਦੱਸ ਦਿਆ ਕਰ ਨਸਲ ਵੀ। ਫਰੀਜ਼ਨ ਆਸਟ੍ਰੇਲੀਅਨ ਕਰਾਸ ਆ ਜਿਹੜੀ ਵੈੜ ਨਿੱਕੀ। ਡੱਚ ਵਹਾਨੇ ਪਰ ਹੈਗਾ ਉਹ, ਇਹ ਡੱਚ ਬੱਚਾ ਵੇਖੋ ਜੀ, ਇੰਪੋਰਟਰ ਬੱਚਾ ਜੀ, ਇੰਪੋਰਟਡ ਇੱਕ ਨੰਬਰ ਇੰਪੋਰਟਰ ਬੱਚਾ ਜੀ, ਡੱਚ ਨਸਲ ਦੀ ਬੱਚੀ ਜੀ, ਪਿਓਰ ਬੱਚੀ ਜੀ। ਕੋਈ ਕੁਆਲਿਟੀ ਇਹਦੀ ਹੋਵੇ ਕਰਾਸ ਜਾਂ ਕੋਈ ਮਸਲਾ ਹੋਵੇ, ਅਸੀਂ ਜ਼ਿੰਮੇਦਾਰ ਹੋਵਾਂਗੇ। ਡੱਚ ਨਸਲ ਦੀ ਬੱਚੀ ਜੇ ਮਾਸ਼ਾ, ਸਿਰ ਤੋਂ ਲਾ ਕੇ ਪੈਰਾਂ ਤੱਕ ਵੇਖੋ, ਸੋਹਣੀ ਹੈ, ਕੋਲ ਇੱਕ ਨੰਬਰ ਇੰਪੋਰਟਰ ਬੱਚੀ। ਨਹੀਂ ਨਹੀਂ ਕੁਆਲਿਟੀ ਤੇ ਬੜੀ ਬੱਚੀ ਹੈ, ਡੱਚ ਨਸਲ ਦੀ ਬਾਜੀ। ਕੀ ਮੁੱਲ ਹੈ ਇਹਦਾ? ਇਸ ਬੱਚੀ ਦਾ ਮੁੱਲ 1,50,000 ਮੰਗਣੇ, ਇਹ ਤੁਹਾਨੂੰ 1,00,000 ਤੇ ਫਾਈਨਲ 30,000 ਦੀ ਮਿਲੇਗੀ। 1,30,000 ਹਾਂਜੀ, ਫੁੱਲ ਇੱਕ ਮੁਹੱਬਤ ਕਰਕੇ ਪਿਆਰ ਕਰਕੇ ਤੁਹਾਨੂੰ ਕਦਰ ਨਾਲ ਬੱਚੀ ਮਿਲੇਗੀ, 1,30,000। ਅੱਗੇ ਆ ਦਾ ਜੀ, ਬਾਜੀ ਉੱਠੋ ਜੀ, ਤੁਸੀਂ ਉੱਠੋ ਜੀ, ਚੱਲ ਬੈਠੀਆਂ ਰਹਿੰਦੇ ਥੱਕੀਆਂ ਨੇ। ਮਾਸ਼ਾਅੱਲਾ ਵੇਖੋ, ਲੇਵਾ ਬਣਿਆ ਹੋਇਆ ਥੱਲੇ, ਜਿਹਦੇ ਝੋਲੀ ਬਣੀ ਹੋਵੇ ਵੈੜ ਚੰਗੀ ਹੁੰਦੀ ਹੈ, ਵੀ ਤਜਰਬਾਕਾਰ ਬੰਦੇ ਦੱਸਦੇ ਆ। ਜੇ ਇਸ ਵੈੜ ਥੱਲੇ ਝੋਲੀ ਬਣੀ ਹੋਏਗੀ ਨਾ, ਕੱਸੀ ਨਾ ਹੋਵੇ ਪਿੰਡ ਤਰ੍ਹਾਂ, ਇਹਦਾ ਕੀ ਮੁੱਲ ਆ? 2,10,000 ਖੀਰੀ ਪਿੰਕ ਨੋਜ਼ ਵਿੱਚ, ਠੀਕ ਹੋ ਗਿਆ। ਆਹ ਜਿਹੜੀ ਹੈ 1,65,000 ਰੁਪਏ, ਇਹ ਕਰਾਸ ਹੋਣ ਵਾਲੀਆਂ। ਮੈਂ ਕਹਿੰਦਾ ਬੱਚਾ ਵਿੱਚ ਹੋਵੇ ਤੇ ਕਦੋਂ ਵੀ ਕਰਾਸ ਮੁੱਲ ਕਰੀ ਤੇ ਭਾਵੇਂ ਜੋ ਮਰਜ਼ੀ ਕਰੇ। ਦੇਖੋ ਥੱਲੇ ਝੋਲੀ ਬਣੀ ਹੋਈ ਹੈ, ਜਿਹਦੇ ਸਾਡਾ ਫਾਰਮ ਹੈ ਮੀਆਂ ਚਨੂ ਬਾਈਪਾਸ 28 ਦੇ ਮੋੜ ਤੇ ਸਾਡਾ ਡੇਰਾ ਹੈ। ਜ਼ਬਰਦਸਤ, ਇਨਸ਼ਾਅੱਲਾ ਆਓ, ਤੁਹਾਡਾ ਇਨਸ਼ਾਅੱਲਾ ਕਦਰ ਹੋਏਗਾ। ਇੱਕ ਹੋਰ ਤੁਹਾਨੂੰ ਆਹ ਜਿਹੜੀ ਇਹਦਾ ਰੈੱਡ ਫਰੀਜ਼ਨ ਹੈ, ਇਹਦਾ
ਇਹ ਵੱਛੀ ਦਾ ਮੁੱਲ ਮੰਗਣੇ ਆ 2,10,000 ਫਾਈਨਲ ਤੁਹਾਨੂੰ 1,75,000 ਦੀ ਵੱਛੀ ਮਕੂਲ ਰੇਟ 'ਤੇ ਮਿਲੇਗੀ। ਬੈਠ ਸੋਹਣੀ, ਬੜੀ ਗੁਲਾਬੀ ਵੱਛੀ ਨਸਲ ਪੂਰੀ ਜੀ ਆਹ ਜਿਹੜੀ ਆ ਬਹਿਸ ਨੀ ਫਾਈਨਲ, ਸਹੀ ਗੱਲ ਆ। ਇਹਦੇ ਥੱਲੇ ਵੀ ਝੋਲੀ ਚੰਗੀ ਬਣੀ, ਇੰਪੋਰਟਡ ਕੁਆਲਿਟੀ ਜ਼ਿੰਮੇਦਾਰ ਹੋ। ਥੱਲੇ ਲੇਵਾ ਬਣਿਆ ਖੜਾ ਗਾਂ ਦੇ, ਚੰਗਾ ਇਹਦਾ ਲੇਵਾ ਚੈੱਕ ਕਰਾਈ ਜਰਾ। ਸਹੀ ਹੋ ਗਿਆ, ਲੇਵੇ ਬਣੇ ਥੱਲੇ ਰੰਗ ਰੱਬ ਨੇ ਲਾਉਣੇ ਆ, ਝੂਠ ਫਰਾਡ ਆਪਣੇ ਚ ਹੈਗਾ ਨਹੀਂ। ਨੰਬਰ ਬੋਲ ਦੁਬਾਰਾ, ਤੁਹਾਨੂੰ ਜਿਹੜੇ ਵੀ ਦੱਸਾਂਗੇ ਜੈਨਮਨ ਦੱਸਾਂਗੇ, ਤੁਸੀਂ 100 ਬਿਸਮਿਲ੍ਲਾ ਸਾਡੇ ਡੇਰੇ 'ਤੇ ਹੋ, ਮੰਡੀਆਂ ਦੇ ਵਿੱਚ ਮਿਲਦੇ ਹੋ, ਮੰਡੀ 'ਚ ਮੱਲੂ ਮੋਰ ਅਸੀਂ ਹਰ ਵਾਰ ਜਾਂਦੇ ਹਾਂ। ਸਹੀ, ਉੱਡਣ ਹਰ ਮੰਡੀ ਅਸੀਂ ਹੁੰਦੇ, ਦੋ ਮੰਡੀਆਂ ਕਰ ਰਹੇ ਹਰ ਮੰਡੀਆਂ, ਦੋ ਮੰਡੀਆਂ ਕਰ ਰਹੇ। ਅਤੇ ਨੰਬਰ ਬੋਲਿਆ ਆਪਣਾ ਦੁਬਾਰਾ, ਕੋਈ 03-0-307-47-5555 ਜੀ। ਠੀਕ ਹੋ ਗਿਆ ਵੀਰੇ, ਨਾਮ ਕੀ ਆਪਣਾ? ਮਜ਼ਰ ਮੇਰਾ ਨਾਂ ਜੀ, ਮੀਆਂ ਚੰਦ ਮੇਰਾ ਫਾਰਮ ਹੈ ਜੀ, ਮਾਲ ਮੇਰਾ ਸਰਗੋਧਾ ਬਲਵਾਲ ਕੁਸ਼ਾਬ ਦੇ ਇਲਾਕੇ 'ਚ ਹੁੰਦੇ, ਲੋਕ ਮੰਡੀਆਂ 'ਚ ਲੈਂਦੇ ਨੇ, ਮੈਂ ਇਲਾਕੇ 'ਚ ਮਾਲ ਠੀਕ ਹੋ ਗਿਆ। ਮਜ਼ਰ ਭਾਈ ਮਾਲ ਤੇਰਾ ਸੋਹਣਾ, ਮਾਸ਼ਾਅੱਲਾ ਅੱਲਾਹ ਰੋਜ਼ੀ ਦੇਗਾ।